ਦੇ ਜਿੰਨੇ ਵੀ ਇਸ ਟਾਈਮ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਜੀ ਆਇਆਂ। ਅੱਜ ਮਹਿੰਦਰ ਸਿੰਘ ਮੌੜ ਜੋ ਕਬੱਡੀ ਦੇ ਬਾਬਾ ਬੋਰਡ ਜੀ ਹੈ ਉਹ ਸਾਨੂੰ ਸਦੀਮੀ ਵਿਛੋੜਾ ਦੇ ਗਿਆ ਪਿਛਲੇ ਕਈ ਦਿਨਾਂ ਤੋਂ। ਅੱਜ ਉਹਨਾਂ ਦਾ ਸੰਸਕਾਰ ਲਾਈਵ ਤੁਸੀਂ ਟੀਮ ਪੰਜਾਬੀ 'ਤੇ ਦੇਖ ਰਹੇ ਹੋ। ਕਬੱਡੀ ਅਤੇ ਮਹਿੰਦਰ ਸਿੰਘ ਮੌੜ ਕੋਈ ਦੋ ਚੀਜ਼ਾਂ ਨਹੀਂ, ਜਿੱਥੇ ਵੀ ਕਬੱਡੀ ਦਾ ਨਾਂ ਆਉਂਦਾ ਹਮੇਸ਼ਾ ਮਹਿੰਦਰ ਸਿੰਘ ਮੌੜ ਜੀ ਦਾ ਨਾਂ ਆਉਂਦਾ ਔਰ ਕਬੱਡੀ ਜੱਗ ਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਮਾਂ ਖੇਡ ਕਬੱਡੀ ਨੂੰ ਬਹੁਤ ਜ਼ਿਆਦਾ ਵੱਡੀ ਦੇਣ ਆ। ਇੰਗਲੈਂਡ ਦੀ ਕਬੱਡੀ ਜੇ ਗੱਲ ਕਰੀਏ 1965 ਤੋਂ ਸ਼ੁਰੂ ਕਰਨ ਵਾਲੇ ਸਾਡੇ ਬਾਬਾ ਬੋਰਡ ਮਹਿੰਦਰ ਸਿੰਘ ਮੌੜ ਔਰ ਬੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਲੇਅਰ ਉਹਨਾਂ ਦੇ ਹੱਥਾਂ ਦੇ ਵਿੱਚ ਦੀ ਵਿਚਰ ਗਏ, ਜਿਨ੍ਹਾਂ 'ਚੋਂ ਅਸੀਂ ਵੀ ਇੱਕ ਸੀਗੇ। ਮੇਰੇ ਨਾਲ ਇਸ ਟਾਈਮ ਲੈਜੈਂਟ ਖੜੇ ਨੇ ਸਾਡੇ ਭਲਵਾਨ ਜੀ ਰਾਣਾ ਵੰਸ ਸਾਹਿਬ ਪਹੁੰਚੇ ਨੇ ਉਹਨਾਂ ਦੇ ਸੰਸਕਾਰ 'ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ ਮੌੜ ਸਾਹਿਬ ਬਾਰੇ ਸਵਾਗਤ ਹੈ ਜੀ ਟੀਮ ਪੰਜਾਬੀ 'ਤੇ ਭਲਵਾਨ ਜੀ ਤੁਹਾਡਾ। ਮੇਰੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਮੌੜ ਜੀ ਕਬੱਡੀ ਦੇ ਬਾਬਾ ਬੌੜ ਅੱਜ ਜੋ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ, ਸਾਡੇ ਪਿਤਾ ਸਮਾਨ ਪਿਤਾ ਸਾਡੇ ਜੀ ਜਿਹਨਾਂ ਸਾਰੀ ਉਮਰ ਕਬੱਡੀ ਦੇ ਵਿੱਚ ਆਪਣੀ ਲੰਘਾਤੀ ਹੈ, ਆਪਣੀ ਜ਼ਿੰਦਗੀ ਲੈ ਅੱਜ ਉਹਨਾਂ ਦੀ ਕਬੱਡੀ ਦੇ ਹਜ਼ਾਰਾਂ ਸੈਂਕੜੇ ਪਲੇਅਰ ਜਿਹੜੀ ਉਹਨਾਂ ਦੀ ਸ਼ਾਮ ਆਨਣ ਡਾਏ ਆ। ਮੇਰੀ ਤਾਂ ਇਹੋ ਸੰਦਾਲੂ ਮੇਰੇ ਸਤਿਗੁਰੂ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਸਵਰਗਾਂ 'ਚ ਵਾਸਾ ਕਰੇ, ਰਹਿਮਤਾਂ ਕਰੇ, ਕਿਰਪਾ ਕਰੇ, ਪਰਿਵਾਰ 'ਤੇ ਸੁੱਖ ਸ਼ਾਂਤੀ, ਕਬੱਡੀ ਨੂੰ ਦਿਨ ਦੁੱਗਣੀ ਚਾਰ ਰੁੱਗਣੀ ਰਾਤ ਹੋਵੇ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਅੱਛਾ ਭਲਵਾਨ ਜੀ, ਬੜੀ ਦੇਣ ਆ ਮੌੜ ਸਾਹਿਬ ਦੀ ਕਬੱਡੀ ਨੂੰ। ਜਦੋਂ ਤੁਸੀਂ ਪਿੱਛੇ ਝਾਤੀ ਮਾਰਦੇ ਹੋ, ਜਦੋਂ ਤੁਸੀਂ ਖੇਡਦੇ ਹੁੰਦੇ ਸੀ, ਤੁਸੀਂ ਇੰਗਲੈਂਡ ਤੋਂ ਸ਼ੁਰੂ ਕੀਤੀ, ਤੁਸੀਂ ਇੰਗਲੈਂਡ ਜਾ ਕੇ ਆਓ, ਜਦੋਂ ਤੁਸੀਂ ਟੌਪ ਪਲੇਅਰ ਸੀਗੇ, ਜਦੋਂ ਤੁਸੀਂ ਉੱਥੇ ਜਾ ਕੇ ਉਸ ਤੋਂ ਪਹਿਲਾਂ ਵੀ ਜਦੋਂ ਮੌੜ ਸਾਹਿਬ ਨੂੰ ਮਿਲਦੇ ਸੀ, ਅੱਜ ਉਹ ਦੁਨੀਆਂ 'ਤੇ ਨਹੀਂ ਰਹੇ, ਕਿੰਨਾ ਕੁ ਘਾਟਾ ਉਹ ਤਾਂ ਸਾਰਿਆਂ ਨੂੰ ਪਤਾ ਕਦੇ ਪੂਰਾ ਨਹੀਂ ਹੋ ਸਕਦਾ, ਪਰ ਤੁਹਾਨੂੰ ਕਿਹੋ ਜਿਹੀ ਫੀਲਿੰਗ ਹੋ ਰਹੀ ਆ ਕਿ ਇਹੋ ਜਿਹੜੇ ਯੋਧੇ ਸਾਡੇ ਖੇਡ ਪ੍ਰਮੋਟਰ ਨੇ ਸਾਨੂੰ ਕਦੇ ਮਿਲ ਨਹੀਂ ਸਕਦੇ ਵਾਪਸ, ਅਤੇ ਤੁਸੀਂ ਕਦੇ ਦੇਖਦੇ ਹੋ ਇਹੋ ਜਿਹੜੇ ਹੋਰ ਕਬੱਡੀ ਪ੍ਰਮੋਟਰ ਵੀ ਨੇ ਬਹੁਤ ਕੰਮ ਕਰ ਰਹੇ ਨੇ, ਇਹਨਾਂ ਨੇ ਆਪਣੀ ਜ਼ਿੰਦ ਜਾਨ ਲਾਤੀ ਮਾਂ ਖੇਡ ਕਬੱਡੀ 'ਤੇ, ਕਿਉਂਕਿ ਲਾਸਟ ਜੇ ਮੈਂ ਗੱਲ ਕਰਾਂ 15 ਜਾਂ 17 ਮਾਰਚ ਨੂੰ ਸੰਮੀ ਪਰ ਟੂਰਨਾਮੈਂਟ ਸੀ, ਮੇਰੇ ਨਾਲ ਖੁਦ ਰਹੇ ਨੇ ਉੱਥੇ ਬਿਮਾਰ ਹੋਣ ਤੋਂ ਪਹਿਲਾਂ ਥੋੜ੍ਹਾ ਜਿਹਾ। ਸੋ ਐਤਕੀ ਸਾਰਾ ਸੀਜ਼ਨ 2020 ਦਾ ਸਾਡੇ ਨਾਲ ਟੂਰਨਾਮੈਂਟ 'ਤੇ ਜਾਂਦੇ ਰਹੇ ਨੇ, ਕੀ ਸੋਚਦੇ ਹੋ ਜਦੋਂ ਤੁਸੀਂ ਖੇਡਦੇ ਸੀਗੇ ਜਦੋਂ ਮੌੜ ਸਾਹਿਬ ਨੂੰ ਤੁਸੀਂ ਪਹਿਲੀ ਵਾਰੀ ਮਿਲੇ ਹੋ? ਮੌੜ ਸਾਹਿਬ ਜੀ ਮੇਰੇ ਪਿਤਾ ਸਮਾਨ ਸੀ, ਬਹੁਤ ਇਹਨਾਂ ਮੈਚ 85-86 ਦੇ ਵਿੱਚ ਮੇਰੇ ਇੰਗਲੈਂਡ ਦੇ ਵਿੱਚ ਵੇਖੇ, ਪਿਆਰ ਸਤਿਕਾਰ ਇਹਨਾਂ ਜਿੱਦਾਂ ਫੈਮਿਲੀ ਤੌਰ 'ਤੇ ਸਾਡੇ ਨਾਲ ਕਰਦੇ ਸੀ। ਜੋ ਕਬੱਡੀ ਨੂੰ ਦੇਣ ਉਹ ਦੋ ਗਏ ਆ, ਪ੍ਰਮੋਟਰ ਤਾਂ ਬਹੁਤ ਆ ਜੀ, ਪਰ ਜੋ ਕਬੱਡੀ ਜਗਤ ਨੂੰ ਦੇ ਗਏ ਆ ਉਹ ਕੋਈ ਇਹੋ ਜਿਹੀ ਮੈਂ ਦੱਸ ਨਹੀਂ ਸਕਦਾ, ਜਮਾਨ ਲਫ਼ਜ਼ ਨਹੀਂ ਕਰ ਸਕਦਾ। ਅਤੇ ਸਤਿਕਾਰਯੋਗ ਸਾਡੇ ਸਾਰੇ ਜਿੰਨੇ ਵੀ ਕਬੱਡੀ ਦੇ ਜਗਤ ਦੇ ਪਲੇਅਰ ਸੀ, ਕਾਫ਼ੀ ਇਹਨਾਂ ਨੇ ਪਲੇਅਰ ਜਿਹੜੇ ਉੱਥੇ ਪੈਦਾ ਕੀਤੇ, ਬੂਟੇ ਲਾਏ, ਬਹੁਤ ਪਲੇਅਰਾਂ ਦੀ ਜ਼ਿੰਦਗੀ ਜੀਵਨੀ ਬਣਾਈ ਇਹਨਾਂ ਨੇ ਇੰਗਲੈਂਡ ਦੇ ਵਿੱਚ। ਬਹੁਤ ਸਾਰੇ ਪਲੇਅਰ ਇੰਗਲੈਂਡ 'ਚ ਕਰਕੇ ਨਾ ਸੈੱਟ ਕੀਤੇ ਆ ਜੀ, ਬਹੁਤ ਜ਼ਿਆਦਾ ਕਬੱਡੀ ਦੀ ਦੇਣ ਆ ਜੀ ਇਹਨਾਂ ਦੀ ਸਰ ਜੀ। ਥੈਂਕ ਯੂ ਸੋ ਮਚ ਜੀ, ਧੰਨਵਾਦ ਜੀ। ਇਸ਼ਨਾਨ ਉਹਨਾਂ ਦੇ ਪੰਜ ਪੂਤਕ ਸਰੀਰ ਦਾ ਇਸ ਟਾਈਮ ਹੋ ਰਿਹਾ, ਸੋ ਇਸ ਕਰਕੇ ਮੈਂ ਚਾਹੁੰਦਾ ਸੀ ਤੁਹਾਡੇ ਤੱਕ ਕਿਸੇ ਨਾ ਕਿਸੇ ਪਲੇਅਰਾਂ ਦੀ ਗੱਲਬਾਤ ਅੱਜ ਮੌੜ ਸਾਹਿਬ ਦੀ ਜਿਹੜਾ ਅੰਤਿਮ ਯਾਤਰਾ ਉਹਦੇ ਲਈ ਤੁਸੀਂ ਅੱਜ ਵਾਚ ਕਰ ਰਹੇ ਹੋ ਲਾਈਵ ਏ ਟੀਮ ਪੰਜਾਬੀ 'ਤੇ।